ਅੱਜ ਸੰਘਰਸ਼ ਸੀ ਜਾਣਾ ਸੰਗਰੂਰ ਜਾਣਾ ਸੀਗਾ ਤਾਂ ਉਸ ਤੋਂ ਪਹਿਲਾਂ ਹੀ ਜਿੰਨੇ ਵੀ ਆਗੂ ਨੇ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਸਰਕਾਰ ਨੂੰ ਭੁਲੇਖਾ ਹੈ ਵੀ ਇੱਕ ਦਿਨ ਲੋਕਾਂ ਨੂੰ ਰੋਕ ਕੇ ਦੋ ਲੱਖਾਂ ਵੀ ਦੱਬ ਜੂਗਾ, ਕੀ ਹੋ ਜੂਗਾ। ਮੇਰੇ ਹਿਸਾਬ ਤੱਕ ਤਾਂ ਸਾਡਾ ਉਦੋਂ ਜ਼ਿਆਦਾ ਪ੍ਰਚਾਰ ਹੋ ਗਿਆ। ਅੱਜ ਕਿਵੇਂ ਦੇਖਦੇ ਹੋ ਧਰਨੇ ਦੇ ਵਿੱਚੋਂ ਨਿਕਲੀ ਪਾਰਟੀ ਧਰਨਾ ਲਗਾਉਣ ਤੋਂ ਜਿਹੜੇ ਲੋਕਾਂ ਨੂੰ ਰੋਕ ਰਹੀ ਹੈ? ਨਿੰਦਾ ਕਰਦਾ ਸਰਕਾਰ ਦੀ ਵੀ ਉਹਨੂੰ ਨਹੀਂ ਸਾਨੂੰ ਰੋਕਣਾ ਚਾਹੀਦਾ, ਅਸੀਂ ਉੱਥੇ ਜਾਂਦੇ ਆਪਦੀ ਗੱਲ ਕਹਿੰਦੇ ਗਾਹਲਾ ਪ੍ਰੋਗਰਾਮ ਲੀਕਦੇ। ਚਲੋ ਆਉਣ ਵਾਲੇ ਦਿਨਾਂ 'ਚ ਕਰ ਲਾਂਗੇ। ਜਿੰਨਾ ਚੱਕਰ ਉਹਨੂੰ ਰਿਹਾਅ ਨਹੀਂ ਕਰਦੇ ਉਨਾ ਚੱਕਰ ਅੰਦੋਲਨ ਜਾਰੀ ਰਹੂਗਾ, ਚਾਹੇ ਕਿਵੇਂ ਵੀ ਹੈ। ਇਹ ਮੈਨੂੰ ਲੱਗਦਾ ਜਿਹੜਾ ਮੁੱਖ ਮੰਤਰੀ ਆ ਪੰਜਾਬ ਦਾ, ਹੁਣ ਕੇਜਰੀਵਾਲ ਦੇ ਸ਼ਹਿਰ 'ਚ ਨਹੀਂ ਚੱਲਦਾ, ਹੁਣ ਇਹ ਮੇਰਾ ਖਿਆਲ ਮੋਦੀ ਅਤੇ ਸ਼ਾਹ ਦੇ ਸ਼ਹਿਰ 'ਚ ਚੱਲਦਾ। ਅੱਗੇ ਸਾਲ ਹੋ ਗਿਆ ਨੇ ਚੈਨੀ ਚੋਰੀ ਕਰੀ ਆ ਜੀ, ਖੋਈ ਅੱਗੇ ਤੋਂ, ਫਿਰ ਉੱਦਾਂ ਦਾ ਬਹਾਨੇ 'ਤੇ ਕਿਉਂ ਨਹੀਂ ਕੇਸ ਪਾਇਆ? ਸਤਿ ਸ਼੍ਰੀ ਅਕਾਲ ਦੋਸਤੋ, ਦਾਨਮਿਊਟ ਦੇਖ ਰਹੇ ਹੋ ਤੁਸੀਂ, ਮੈਂ ਗੁਰਪ੍ਰੀਤ ਸਿੰਘ। ਜਿੱਥੇ ਅੱਜ ਵੱਖ ਵੱਖ ਜਥੇਬੰਦੀਆਂ ਵੱਲੋਂ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਣਾ ਸੀ, ਐਲਾਨ ਸੀਗਾ ਕਿ CM ਭਗਵੰਤ ਮਾਨ ਹੈ ਉਹਨਾਂ ਦੀ ਕੋਠੀ ਦਾ ਜਿਹੜਾ ਘਰਾਓ ਆ ਉਹ ਕੀਤਾ ਜਾਣਾ, ਤਾਂ ਉੱਥੇ ਹੀ ਸਵੇਰ ਤੋਂ ਜਿਹੜੇ ਜ਼ਿਲ੍ਹੇ ਦੇ ਵੱਖ ਵੱਖ ਆਗੂ ਨੇ ਉਹਨਾਂ ਨੂੰ ਪੁਲਿਸ ਵੱਲੋਂ ਜਿਹੜਾ ਨਜ਼ਰਬੰਦ ਕੀਤਾ ਗਿਆ। ਤਾਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂਗੇ ਮਾਨਸਾ ਦੀਆਂ ਨੇ, ਜਿੱਥੇ ਬੁੱਧੂ ਸਿੰਘ ਮਾਨਸਾ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਤਾਂ ਸਵੇਰ ਤੋਂ ਹੀ ਜਿਹੜੇ ਪੁਲਿਸ ਦੀ ਤਾਦਾਦ ਆ ਉਹ ਵੱਡੀ ਗਿਣਤੀ ਦੇ ਵਿੱਚ ਮੌਜੂਦ ਆ ਅਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ। ਤਾਂ ਸਾਡੇ ਨਾਲ ਜੋ ਕਿਸਾਨ ਆਗੂ ਨੇ ਉਹ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਰੋਲਦੂ ਸਿੰਘ ਜੀ, ਸਤਿ ਸ਼੍ਰੀ ਅਕਾਲ। ਰੋਲਦੂ ਸਿੰਘ ਜੀ, ਕਿਵੇਂ ਦੇਖਦੇ ਹੋ ਜਿਹੜਾ ਅੱਜ ਸੰਘਰਸ਼ ਸੀ ਜਾਣਾ ਸੰਗਰੂਰ ਜਾਣਾ ਸੀਗਾ ਤਾਂ ਉਸ ਤੋਂ ਪਹਿਲਾਂ ਹੀ ਜਿੰਨੇ ਵੀ ਆਗੂ ਨੇ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ? ਮੈਂ ਇਸ ਗੱਲ ਤੋਂ ਸਰਕਾਰ ਦੀ ਕਰੜੇ ਸ਼ਬਦਾਂ 'ਚ ਨਿੰਦਿਆ ਕਰਦਾ, ਮਤਲਬ ਜਿਹੜਾ ਉਹਨਾਂ ਨੇ ਸਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ। ਕਈ ਦਿਨਾਂ ਦਾ ਸਿਲਸਿਲਾ ਚੱਲੀ ਜਾਂਦਾ ਹੈ, ਮਤਲਬ ਭਾਨਾ ਗ੍ਰਿਫਤਾਰ ਕੀਤਾ, ਉਹਦੇ ਮਤਲਬ ਚੈਨੀ ਚੋਰ ਬਣਾ ਕੇ ਉਹਨੂੰ ਨਜ਼ਰਬੰਦ ਕੀਤਾ। ਅਸੀਂ ਉਹਦੇ ਪਿੰਡ ਦੇ ਵਿੱਚ ਇਕੱਠ ਕਰਿਆ ਸੀ ਪਿਛਲੇ ਦਿਨਾਂ 'ਚ, ਸਾਨੂੰ ਉਹਦੇ ਐਂ ਸੀ ਵੀ ਸਰਕਾਰ ਪਿੱਛੇ ਹਟ ਜੂਗੀ, ਛੱਡ ਦੂਗੀ, ਪਰ ਸਰਕਾਰ ਨੇ ਕਿਰਿਆ ਉਲਟਿਆ, ਉਹਦੇ ਭਾਈ 'ਤੇ ਵੀ ਪਰਚਾ ਪਾਤਾ ਅਤੇ ਉਹਦੇ ਵੀ ਮਤਲਬ ਇੱਕ ਪਰਚਾ ਹੋਰ ਪਾਤਾ, ਐਨ ਇੱਕ ਜਮਹੂਰੀ ਹੱਥ ਇੱਕ ਸਮਝ ਲਿਆ ਕਿੱਲੇ 'ਤੇ ਟੰਗ ਤੀ ਵੀ ਜਦੋਂ ਉਹਨਾਂ ਨੂੰ ਝੂਠੇ ਕੇਸ ਦੇ ਵਿੱਚ ਅੰਦਰ। ਫਿਰ ਸਾਨੂੰ ਤੁਰਤ ਮੀਟਿੰਗ ਸੱਦ ਕੇ ਭਾਨੇ ਦੇ ਪਿੰਡ, ਜਿਹੜਾ ਪ੍ਰੋਗਰਾਮ ਅਸੀਂ 5 ਤਰੀਕ ਨੂੰ ਕਰਨਾ ਸੀ ਉਹ ਫਿਰ ਸਾਨੂੰ 3 ਤਰੀਕ ਨੂੰ ਕਰਨਾ ਪਿਆ ਹੈਗਾ। ਮਤਲਬ ਇਹ ਸਰਕਾਰ ਨੂੰ ਭੁਲੇਖਾ ਹੈ ਵੀ ਇੱਕ ਦਿਨ ਲੋਕਾਂ ਨੂੰ ਰੋਕ ਕੇ ਦੋ ਲੱਖਾਂ ਵੀ ਦੱਬ ਜੂਗਾ, ਕੀ ਹੋ ਜੂਗਾ। ਮੇਰੇ ਹਿਸਾਬ ਤੱਕ ਤਾਂ ਸਾਡਾ ਉਦੋਂ ਜ਼ਿਆਦਾ ਪ੍ਰਚਾਰ ਹੋ ਗਿਆ। ਮੈਨੂੰ ਜੇ ਇੱਥੇ ਘੇਰੀ ਬੈਠੇ ਨੇ ਸਾਰੇ ਸ਼ਹਿਰ ਦੀ ਪ੍ਰੈਸ, ਇਲਾਕੇ ਦੀ ਪ੍ਰੈਸ ਮੇਰੇ ਕੋਲ ਆ ਕੇ ਗਈ ਹੈ, ਮੇਰੀ ਗੱਲਬਾਤ ਪੁੱਛ ਕੇ ਗਈ ਹੈ। ਦੋਲਣ ਸੁੰਘਾ ਗਲੀ ਗਲੀ ਦੇ ਵਿੱਚ ਖਿੰਡ ਗਿਆ, ਦੋਲਣ ਇਹ ਨਹੀਂ ਹੋਇਆ ਵੀ ਦੋਲਣ ਮਤਲਬ ਖੜ ਗਿਆ। ਅਤੇ ਆਉਣ ਵਾਲੇ ਸਮੇਂ 'ਚ ਅਸੀਂ ਮੀਟਿੰਗ ਸੱਦਾਂਗੇ, ਮੀਟਿੰਗ ਦੇ ਵਿੱਚ ਐਲਾਨ ਕਰਾਂਗੇ ਵੀ ਅਗਲਾ ਐਕਸ਼ਨ ਕੀ ਦੇਣਾ। ਮੈਂ ਕੱਲਾ ਹਜੇ ਬਾਰੇ ਕੁਝ ਨਹੀਂ ਕਹਿ ਸਕਦਾ। ਕਿਵੇਂ ਦੇਖਦੇ ਹੋ ਇੱਕ ਪਾਰਟੀ ਜਿਹੜੀ ਧਰਨਿਆਂ ਦੇ ਵਿੱਚੋਂ ਹੀ ਉੱਠੀ ਆ, ਤਾਂ ਉੱਥੇ CM ਭਗਵੰਤ ਮਾਨ ਵੀ ਕਹਿੰਦੇ ਸੀ, ਕਹਿੰਦੇ ਵੀ ਅਸੀਂ ਕੋਈ ਧਰਨਾ ਪ੍ਰਦਰਸ਼ਨ ਆਉਣਾ ਉਹ ਨਹੀਂ ਲੱਗਣ ਦੇਣਾ, ਤਾਂ ਅੱਜ ਕਿਵੇਂ ਦੇਖਦੇ ਹੋ ਧਰਨੇ ਦੇ ਵਿੱਚੋਂ ਨਿਕਲੀ ਪਾਰਟੀ ਧਰਨਾ ਲਗਾਉਣ ਤੋਂ ਜਿਹੜੇ ਲੋਕਾਂ ਨੂੰ ਰੋਕ ਰਹੀ ਆ? ਆਹੋ ਜੇ ਮਤਲਬ ਇਹ ਗੱਲ ਕਹੀਏ ਤਾਂ ਮਤਲਬ ਜਿਹੜੀ ਪਾਰਟੀ ਫੇਸਬੁੱਕ 'ਚੋਂ ਨਿਕਲੀ ਆ ਗੱਲਾਂ ਮੋਬਾਈਲ ਤੋਂ ਅਤੇ ਧਰਨਿਆਂ 'ਚੋਂ, ਅੱਜ ਉਹ ਉਸੇ ਗੱਲ 'ਤੇ ਨਾਰਾਜ਼ ਹੋ ਰਹੀ ਆ ਵੀ ਕੋਈ ਮੋਬਾਈਲ 'ਤੇ ਸਾਡੀ ਵੀਡੀਓ ਨਾ ਪਾਓ ਅਤੇ ਜਾਂ ਧਰਨੇ ਨਾ ਦਿਓ। ਜੇ ਭਾਈ ਮਤਲਬ ਉਹ ਇਸ ਸਰਕਾਰ ਬਣਾ ਸਕਦੇ ਤਰੀਕੇ 'ਤੇ ਤਾਂ ਲੋਕ ਆਪਦਾ ਸੰਘਰਸ਼ ਵੀ ਚਲਾ ਸਕਦੇ, ਚਲਾਉਣਾ ਚਾਹੀਦਾ ਹੈਗਾ। ਮੈਂ ਦੁਬਾਰਾ ਹੀ ਫਿਰ ਤੁਹਾਡੇ ਨਾਲ ਹੀ ਕਰਦਾ, ਨਿੰਦਾ ਕਰਦਾ ਸਰਕਾਰ ਦੀ ਵੀ ਉਹਨੂੰ ਨਹੀਂ ਸਾਨੂੰ ਰੋਕਣਾ ਚਾਹੀਦਾ, ਅਸੀਂ ਉੱਥੇ ਜਾਂਦੇ ਆਪਦੀ ਗੱਲ ਕਹਿੰਦੇ ਗਾਹਲਾ ਪ੍ਰੋਗਰਾਮ ਲੀਕਦੇ। ਚਲੋ ਆਉਣ ਵਾਲੇ ਦਿਨਾਂ 'ਚ ਕਰ ਲਾਂਗੇ। ਹਾਂ, ਤੁਹਾਡੇ ਨਾਲ ਇੱਕ ਜ਼ਰੂਰ ਮੈਂ ਗੱਲ ਕਰਾਂ, ਜਿੰਨਾ ਚੱਕਰ ਉਹਨੂੰ ਰਿਹਾਅ ਨਹੀਂ ਕਰਦੇ ਉਨਾ ਚੱਕਰ ਅੰਦੋਲਨ ਜਾਰੀ ਰਹੂਗਾ, ਚਾਹੇ ਕਿਵੇਂ ਵੀ ਹੈ। ਇਹ ਮੈਨੂੰ ਲੱਗਦਾ ਜਿਹੜਾ ਮੁੱਖ ਮੰਤਰੀ ਆ ਪੰਜਾਬ ਦਾ, ਹੁਣ ਕੇਜਰੀਵਾਲ ਦੇ ਸ਼ਹਿਰ 'ਚ ਨਹੀਂ ਚੱਲਦਾ, ਹੁਣ ਇਹ ਮੇਰਾ ਖਿਆਲ ਮੋਦੀ ਅਤੇ ਸ਼ਾਹ ਦੇ ਸ਼ਹਿਰ 'ਚ ਚੱਲਦਾ। ਕਿਵੇਂ? ਇੱਕ ਜੱਟ ਫੜ ਲਿਆ, ਸਾਰੇ ਜੱਟ ਇਕੱਠੇ ਹੋ ਗਏ,
ਇੱਕ ਡਾਕਟਰ ਬੰਦ ਕਰਤਾ ਮਜ਼ਦੂਰਾਂ ਜੋ ਸਾਰੇ ਉਹ ਇਕੱਠੇ ਹੋ ਜਾਣਗੇ, ਦੋ ਤਬਕੇ ਦੀਆਂ ਵੱਡੀਆਂ ਵੋਟਾਂ ਉਹਨਾਂ ਨੂੰ ਇਹ ਨਿਖੇੜਨਾ ਚਾਹੁੰਦੀ ਆ, ਪਰ ਇਹਨੂੰ ਭੁਲੇਖਾ ਹੈ ਪੰਜਾਬ ਦੇ ਲੋਕ ਮਜ਼ਦੂਰਾਂ ਨਾਲ ਨਹੀਂ ਅੱਡ ਹੁੰਦੇ, ਜਿਹੜੇ ਕਿਸਾਨ ਮਜ਼ਦੂਰ ਏਕਤਾ ਨਾਲ ਆਪਦੀ ਲੜਾਈ ਲੜਨਗੇ। ਮੈਂ ਇਕੱਲਾ ਭਾਨੇ ਸਿੱਧੂ ਬਾਰੇ ਮੇਰੇ ਉਹਨੂੰ ਰਿਹਾ ਕਰੋ, ਮੈਂ ਕਹਿੰਦਾ ਵਿੱਚੋਂ ਡਾਕਟਰ ਨੂੰ ਵੀ ਰਿਹਾ ਕਰੋ, ਕਹਿੰਦੇ ਡਾਕਟਰ ਜੱਟਾਂ ਨੂੰ ਗਾਲਾਂ ਕੱਢਦਾ, ਮੈਨੂੰ ਪੈਸਾ ਨੇ ਕਿਹਾ। ਮੈਂ ਕਿਹਾ ਉਹ ਅੱਜ ਦਾ ਕੱਢਦਾ, 3 ਸਾਲ ਹੋ ਗਏ ਸਾਨੂੰ ਗਾਲਾਂ ਕੱਢਦੇ ਨੂੰ, ਜਦੋਂ ਨੇ ਪਹਿਲੀ ਵੀਡੀਓ ਪਾਈ ਤੀ ਉਦੋਂ ਫੜ ਲੈਂਦੇ ਉਹਨੂੰ, ਜਾਂ ਸੱਦ ਕੇ ਸਮਝਾਉਂਦੇ ਵੀ ਭਾਈ ਐਵੇਂ ਕਿਸੇ ਨੂੰ ਗਲਤ ਫਲਤ ਨਹੀਂ ਬੋਲਿਆ ਹੁੰਦਾ, ਇਵੇਂ ਜੋ ਕੁਰਭਾਨੇ ਨੂੰ ਅੱਗੇ ਸਾਲ ਹੋ ਗਿਆ ਨੇ ਚੈਨੀ ਚੋਰੀ ਕਰੀ ਆ ਜੀ, ਖੋਈ ਅੱਗੇ ਤੋਂ ਫਿਰ ਉਦੋਂ ਦਾ ਭਾਨੇ 'ਤੇ ਕਿਉਂ ਨਹੀਂ ਕੇਸ ਪਾਇਆ। ਮੈਂ ਇਸ ਗੱਲ ਦੁਬਾਰਾ ਫਿਰ ਸਰਕਾਰ ਦੀ ਨਿੰਦਿਆ ਕਰਦਾ, ਛੇਤੋਂ ਛੇਤੀ ਰਿਹਾ ਕਰਨ, ਪੰਜਾਬ ਦਾ ਮਾਹੌਲ ਠੀਕ ਹੋਵੇ, ਮਾਹੌਲ ਠੀਕ ਹੋਣਾ ਚਾਹੀਦਾ, ਇਹੀ ਤੁਹਾਡੇ ਰਾਹੀਂ ਉਹਨਾਂ ਨੂੰ ਬੇਨਤੀ ਕਰਦਾ। ਕਿਵੇਂ ਦੇਖਦੇ ਹੋ ਇੱਕ ਤੋਂ ਬਾਅਦ ਇੱਕ ਪਰਚਾ ਜਿਹੜਾ ਭਾਨਾ ਸਿੱਧੂ ਦੇ ਉੱਪਰ ਪਾਇਆ ਜਾਂਦਾ, ਤਾਂ ਪਰ ਜੇ ਆਪਾਂ ਗੱਲ ਦੂਸਰੇ ਪਾਸੇ ਦੇਖੀਏ ਇੱਕ ਕਾਲ ਦਿੱਤੀ ਜਾਂਦੀ ਹੈ ਕੋਰਟ ਦੋਨੇ ਦੀ, ਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ, ਲੋਕਾਂ ਦਾ ਹਜ਼ੂਮ ਹੈ ਉਹ ਪਹੁੰਚਦਾ ਗਾ, ਤਾਂ ਕਿਵੇਂ ਦੇਖਦੇ ਹੋ ਜਿਹੜੇ ਲੋਕ ਕਿਸ ਕਦਰ ਚਾਹੁੰਦੇ ਨੇ ਭਾਨਾ ਸਿੱਧੂ ਨੂੰ? ਸਾਡਾ ਪ੍ਰਸ਼ਾਸਨ ਨਾਲ ਜਿਹੜੀ 2 ਦਿਨ ਮੀਟਿੰਗ ਚੱਲੀ, ਇੱਕ ਤਾਂ 2 SSP ਚੱਲੀ, ਦੂਜੇ 2 DIG ਆਏ, ਵੱਡੇ ਅਫਸਰ ਆਏ, 3-4 ਬੈਠੇ, 4.5 ਘੰਟੇ ਮਿਲੇ। ਉਹ ਕਹਿੰਦੇ ਵੀ ਇਦੂ ਬਾਅਦ ਨਾਲ ਇਹਨੂੰ ਅਸੀਂ ਜੇਲ੍ਹ ਭੇਜ ਦਿੰਦੇ, ਤੁਸੀਂ ਜ਼ਮਾਨਤ ਕਰਾ ਲਓ। ਇਹ ਅਸੀਂ ਉਹੀ ਜਵਾਬ ਦਿੱਤਾ ਅਫਸਰਾਂ ਨੂੰ ਵੀ ਅਸੀਂ ਜ਼ਮਾਨਤ ਕਰਾਈ ਤੀ, ਤੁਸੀਂ ਉਹ 'ਤੇ ਦੁਬਾਰੇ ਪਰਚਾ ਪਾਤਾ, ਮਤਲਬ ਅਸੀਂ ਕਿਉਂ ਕਰਾਵਾਂਗੇ ਜ਼ਮਾਨਤ? ਅਸੀਂ ਚਿੱਟਾ ਜਵਾਬ ਤਾਂ ਕੋਈ ਹੁਣ ਵੀ ਨਹੀਂ ਕਰਾਵਾਂਗੇ, ਅਸੀਂ ਜ਼ਮਾਨਤ ਨਹੀਂ ਕਰਾਵਾਂਗੇ, ਜਦੋਂ ਮਰਜ਼ੀ ਰਿਹਾਅ ਕਰ ਦੇਣ, ਬਿਲਕੁਲ ਨਹੀਂ, ਮਤਲਬ ਅਸੀਂ ਉਹਨਾਂ ਨੂੰ ਮਰਜ਼ੀ ਆਖੋਗੇ ਤੁਸੀਂ, ਮਤਲਬ ਵੀ ਅਸੀਂ ਜ਼ਮਾਨਤ ਕਰਾਵਾਂਗੇ, ਸਾਨੂੰ ਚਾਹੇ ਕਿੰਨਾ ਵੀ ਜ਼ੋਰ ਲੈਣਾ ਪੈ ਜੇ ਅਸੀਂ ਉਹਨੂੰ ਬਿਨਾਂ ਸ਼ਰਤ ਰਿਹਾਅ ਕਰਾਵਾਂਗੇ। ਕਿਵੇਂ ਦੇਖਦੇ ਹੋ ਜਿਹੜੇ ਆਗੂ ਨੇ, ਜ਼ਿਲ੍ਹਾ ਦੇ ਆਗੂ ਨੇ ਜਾਂ ਪੰਜਾਬ ਦੇ ਵਿੱਚ ਵੱਖ ਵੱਖ ਆਗੂ ਨੇ, ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਗਾ, ਤਾਂ ਦੂਜੇ ਪਾਸੇ ਜਿਹੜੀਆਂ ਸੜਕਾਂ ਨੇ ਉਹਨਾਂ ਦੇ ਉੱਪਰ ਵੀ ਜਿਹੜੇ ਵੱਡੇ ਵੱਡੇ ਬੈਰੀਕੇਡ ਲਗਾ ਕੇ, ਹੈ ਨਾ, ਨੌਜਵਾਨਾਂ ਨੂੰ ਜਾਂ ਹੋਰ ਜਿਹੜੇ ਆਗੂ ਨੇ ਉੱਥੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਰੋਕਿਆ ਜਾ ਰਿਹਾ, ਅਤੇ ਸੰਗਰੂਰ ਨੂੰ ਵੀ ਕਿਤੇ ਨਾ ਕਿਤੇ ਜੋ ਖਬਰ ਆ ਰਹੀਆਂ ਕਿ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਹਾਂ, ਸਰਕਾਰ ਨੇ ਜਿਵੇਂ ਤੁਹਾਨੂੰ ਮੈਂ ਕਹਿ ਦਈਏ ਸਾਰੇ ਲੀਡਰਾਂ ਨੂੰ ਨਜ਼ਰਬੰਦ ਕਰਤਾ, ਮੇਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਨਜ਼ਰਬੰਦ ਕਰਤਾ, ਦੂਜੇ ਲੀਡਰਾਂ ਨੂੰ ਨਜ਼ਰਬੰਦ ਕਰਤਾ, ਡਲਿਆ ਦੇ ਲੀਡਰਾਂ ਨੂੰ ਨਜ਼ਰਬੰਦ ਕਰਤਾ, ਲੱਖੋਵਾਲ ਦੇ ਲੀਡਰਾਂ ਨੂੰ ਨਜ਼ਰਬੰਦ ਕਰਤਾ, ਸਾਰੇ ਲੀਡਰਾਂ ਨੂੰ ਨਜ਼ਰਬੰਦ ਕਰਤਾ, ਸਾਨੂੰ ਨਜ਼ਰਬੰਦ ਕਰਦਾ ਦੀ, ਫਿਰ ਦੇਖਦਾ ਵੀ ਉੱਥੇ ਲੋਕ ਕਿੰਨੇ ਜਾਂਦੇ ਨੇ, ਲੋਕਾਂ ਨੂੰ ਰੱਜ ਘੇਰ ਦੀ, ਫਿਰ ਸਰਕਾਰ ਨੂੰ ਪਤਾ ਲੱਗ ਜਾਂਦਾ ਵੀ ਕੀ ਬਣਨਾ ਇੱਥੇ, ਕੀ ਬੈਂਗਣੀ ਉੱਗੜਦੀ ਹੈ, ਹੁਣ ਜਬਰਨਾ ਰੋਕ ਕੇ ਸੜਕਾਂ ਰੋਕ ਲਓ, ਕਿੰਨਾ ਸਰਕਾਰ ਨੇ ਆਪਦਾ ਖਰਚਾ ਕਰ ਰਹੀ ਹੈ, ਉੱਥੇ ਇੱਕ ਅਸੀਂ ਰੈਲੀਏ ਕਰਨੀ, ਧਰਨਾ ਹੀ ਦੇਣਾ ਸੀ, ਹੋਰ ਅਸੀਂ ਕੀ ਕਰਨਾ ਸੀਗਾ? ਹਾਂ, ਉੱਥੇ ਅਗਲੇ ਦੋਲਣ ਦਾ ਵੀ ਐਲਾਨ ਹੋ ਜਾਂਦਾ, ਪਰ ਮੈਂ ਦੁਬਾਰਾ ਫਿਰ ਕਹਿਣਾ ਇਹਨੂੰ ਨਹੀਂ ਦਵਾ ਸਕਦੀ, ਇਹ ਨਹੀਂ ਦਵਣਾ, ਸਰਕਾਰ ਨੂੰ ਮੂੰਹ ਦੀ ਖਾਣੀ ਪਊ, ਥੁੱਕਿਆ ਚੱਟਣਾ ਪਊ, ਅਤੇ ਭਾਨੇ ਨੂੰ ਬਿਨਾਂ ਸ਼ਰਤ ਰਿਹਾਅ ਕਰਨਾ ਪਊ, ਇਹ ਲੋਕਾਂ ਦੀ ਮੰਗ ਹੈ। ਰੋਲੋ ਜੀ, ਲੱਗਦਾ ਨਹੀਂ ਆ ਕਿਤੇ ਨਾ ਕਿਤੇ ਜੋ ਅੱਜ ਦਾ ਪ੍ਰੋਗਰਾਮ ਸੀ ਉਹ ਕਿਤੇ ਨਾ ਕਿਤੇ ਸਰਕਾਰ ਵੱਲੋਂ ਫੇਲ ਕਰ ਦਿੱਤਾ ਗਿਆ, ਪਰ ਹੁਣ ਅੱਗੇ ਜੋ ਰਣਨੀਤੀ ਹੈ ਜਥੇਬੰਦੀ ਦੀ ਉਹ ਕੀ ਰਹੇਗੀ? ਫੇਲ ਨਹੀਂ ਹੋਇਆ, ਇਹ ਫੇਲ ਨਹੀਂ ਹੋਇਆ, ਅੰਦੋਲਨ ਸਾਡਾ ਘਰ ਘਰ ਖਿੰਡ ਗਿਆ, ਬੀਹੀ ਖਿੰਡ ਗਿਆ। ਰੋਦੂ ਦੀ ਬੀਹੀ 'ਚ ਪ੍ਰੈਸ ਕਦੋਂ ਆਉਂਦੀ ਸੀ ਜੇ ਮੈਨੂੰ ਇੱਥੇ ਨਾ ਰੋਕਦੇ? ਉੱਥੇ ਤੁਸੀਂ ਜਾਂਦੇ, ਮੇਰਾ ਖਿਆਲ ਹੈ 5-4 ਪੱਤਰਕਾਰ ਮਿਲਦੇ, ਕਿਉਂ ਭੀੜ ਜ਼ਿਆਦਾ ਹੋਣੀ ਸੀਗੀ। ਇਹ ਤਾਂ ਅੰਦੋਲਨ 20 ਦੇ ਵਿੱਚ ਖੰਡਿਆ ਤਾ ਇਹਨਾਂ ਨੇ, ਜੇ ਆਪਾਂ ਗੱਲ ਕਰੀਏ ਅੰਦੋਲਨ ਵਧਿਆ, ਕੋਈ ਫੇਲ ਨਹੀਂ ਹੋਇਆ, ਅੰਦੋਲਨ ਦੀ ਚੜ੍ਹਦੀ ਕਲਾ ਹੈਗੀ ਅਤੇ ਚੜ੍ਹਦੀ ਕਲਾ ਰਹੂਗੀ। ਹਾਂ, ਉੱਥੋਂ ਜਾਣ ਤੋਂ ਹੀ ਰੋਕਦਾ ਨਾ, ਊਂ ਤਾਂ ਜਿੱਥੇ ਥਾਂ ਥਾਂ 'ਤੇ ਪੁਲਿਸ ਉੱਥੇ ਹੀ ਪ੍ਰੈਸ ਜਾਊਗੀ, ਕਿੰਨੇ ਨਾਕੇ ਲੱਗੇ ਨੇ ਉੱਥੇ ਵੀ ਪ੍ਰੈਸ ਜਾਊਗੀ, ਕਿੰਨੇ ਸਾਡੇ ਘਰਾਂ ਦੇ ਲੀਡਰਾਂ ਦੇ ਘਰੇ ਗਿਆ ਉੱਥੇ ਪ੍ਰੈਸ ਜਾਊਗੀ। ਅੰਦੋਲਨ ਦਾ ਸੋ ਇੱਕ ਤਰ੍ਹਾਂ ਫੈਲ ਗਿਆ, ਸਰਕਾਰ ਨੂੰ ਇਸ ਗੱਲ 'ਚ ਮੂੰਹ ਦੀ ਖਾਣੀ ਪਈ ਹੈ, ਮਤਲਬ ਸਾਡਾ ਉਦੋਂ ਜ਼ਿਆਦਾ ਪ੍ਰਚਾਰ ਹੋ ਗਿਆ, ਤੜਕੇ ਦਾ ਪ੍ਰਚਾਰ ਚੱਲੀ ਜਾਂਦਾ। ਰਣਨੀਤੀ ਰੁਲਦੋ ਜੀ, ਲਾਸਟ ਸਵਾਲ ਹੈ ਕਿ ਰਣਨੀਤੀ ਅੱਗੇ ਕੀ ਰਣਨੀਤੀ ਰਹੇਗੀ? ਹਾਂ, ਉਹ ਮੀਟਿੰਗ 'ਚ ਕਰਾਂਗੇ, ਮੈਂ ਇਕੱਲਾ ਕੁਛ ਨਹੀਂ ਕਹਿ ਸਕਦਾ, ਅੱਥ ਨੇ ਹੋ ਜੇ ਲੀਡਰਾਂ ਨਾਲ ਗੱਲ, ਕੱਲ੍ਹ ਨੂੰ ਮੀਟਿੰਗ ਹੋ ਜੇ, ਕਦੋਂ ਮੀਟਿੰਗ ਹੋ ਜੇ, ਤੁਰਤ ਮੀਟਿੰਗ ਸੱਦਾਂਗੇ। ਉੱਥੋਂ ਮੁੜਦੇ ਨੇ ਲੱਖਾਂ, ਕਿੱਥੋਂ ਮੁੜਦਾ, ਕਿਹੜਾ ਲੀਡਰ ਕਿੱਥੋਂ ਮੁੜਦਾ, ਕਦੋਂ ਲੀਡਰਾਂ ਨੂੰ ਬਹਾਲ ਕੀਤਾ ਜਾਂਦਾ, ਫਿਰ ਮੀਟਿੰਗ ਸੱਦ ਕੇ ਐਲਾਨ ਕਰਾਂ, ਇਕੱਲਾ ਮੁਕਸ ਨਹੀਂ ਕਹਿ ਸਕਦਾ। ਸੋ ਇਹ ਸੀਗੇ ਰੋਲਦੂ ਸਿੰਘ ਮਾਨਸਾ ਜੀ, ਜਿਨ੍ਹਾਂ ਦਾ ਕਹਿਣਾ ਹੈਗਾ ਕਿ ਜੋ ਅੰਦੋਲਨ ਆ ਉਹ ਫੇਲ ਨਹੀਂ ਹੋਇਆ, ਬਲਕਿ ਅੰਦੋਲਨ ਲੋਕਾਂ ਦੇ ਘਰਾਂ ਵਿੱਚ, ਗਲੀਆਂ ਦੇ ਵਿੱਚ ਪਹੁੰਚ ਚੁੱਕਿਆ ਗਾ, ਤਾਂ ਉਹਨਾਂ ਨੇ ਇਹ ਵੀ ਕਿਹਾ ਜੋ ਅਗਲੀ ਰਣਨੀਤੀ ਹੈ ਉਸਦਾ ਜੋ ਐਲਾਨ ਹੈਗਾ ਸ਼ਾਮ ਨੂੰ ਜਾਂ ਫਿਰ ਕੱਲ੍ਹ ਵੀ ਜਦੋਂ ਵੀ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੀ ਮੀਟਿੰਗ ਹੁੰਦੀ ਹੈ, ਤਾਂ ਅਗਲੀ ਜੋ ਰਣਨੀਤੀ ਹੈ ਉਸਦੀ ਤਿਆਰੀ ਕੀਤੀ ਜਾਵੇਗੀ। ਕੈਮਰਾਮੈਨ ਮਨੀਸ਼ ਦੇ ਨਾਲ ਗੁਰਪ੍ਰੀਤ ਸਿੰਘ ਦਾ ਅਨਮਿਊਟ, ਮਾਨਸਾ।